वाहे गुरु जी का खालसा वाहे गुरु जी की फतेह। अनमोल विचार चैनल विच तुहाडा स्वागत है। अपनी अज दी वीडियो दा विषय है अपने वाहेगुरु जी दे उत्ते भरोसा। ये वाहेगुरु अकाल पुरख जी दे उत्ते भरोसे दी अज दी वीडियो या अज दी साखी बड़ी ही प्यारी आ, जिन्नू सुन के तुहाडा भी भरोसा होर पक्का हो जाएगा। इस करके पूरी वीडियो नू ध्यान दे नाल जरूर सुनना, अते सब तो पहला कमेंट बॉक्स दे विच जाके धन गुरु नानक देव जी जरूर लिख के आयो। तो देखो जी, अज बहुते मनुख की कहंदे आ कि असीं पाठ करदे आ, बाणी पढ़दे आ, पर साडा मन टिकाऊ विच नहीं रहिंदा, भाव कि मन टिकदा नहीं आ। कई कह दिंदे आ कि असीं पाठ करदे आ पर साडी इच्छा पूरी नहीं हुंदी, साडी अरदास प्रवान नहीं हुंदी। इंज पता क्यों हुंदा? क्योंकि अज बहुते मनुखां दे विच शंके वध गए ने। पर जिथे भरोसा पक्का हुंदा है ना, उथे कोई भी किंतु परंतु नहीं हुंदी। ਆਪਾਂ ਸਾਰਿਆਂ ਦੀ ਗੱਲ ਨਹੀਂ ਕਰਦੇ, ਪਰ ਬਹੁਤੇ ਮੇਰੇ ਵਰਗੇ ਹੈ ਜਿਨ੍ਹਾਂ ਦਾ ਮਨ ਡਾਵਾਂ ਡੋਲ ਰਹਿੰਦਾ ਹੈ। ਕਈ ਵਾਰ ਆਪਾਂ ਅਰਦਾਸ ਬੇਨਤੀ ਕਰਦੇ ਆ ਪਰ ਫਿਰ ਵੀ ਮਨ ਵਿੱਚ ਇੱਕ ਡਰ ਹੁੰਦਾ ਹੈ ਕਿ ਪਤਾ ਨਹੀਂ ਸਾਡੀ ਅਰਦਾਸ ਸਾਡੀ ਬੇਨਤੀ ਸੁਣੀ ਜਾਣੀ ਹੈ ਕਿ ਨਹੀਂ। ਤਾਂ ਬਸ ਇਹੀ ਸਾਡੇ ਅਤੇ ਸਾਡੇ ਗੁਰੂ ਦੇ ਵਿਚਕਾਰ ਇੱਕ ਕੰਧ ਆ, ਦੀਵਾਰ ਆ, ਜੋ ਗੁਰੂ ਚਰਨਾਂ ਦੇ ਨਾਲ ਜੁੜਨ ਨਹੀਂ ਦਿੰਦੀ। ਜਿਸ ਦਿਨ ਵੀ ਸਾਡਾ ਭਰੋਸਾ ਪੱਕਾ ਹੋ ਗਿਆ ਨਾ ਆਪਣੇ ਵਾਹਿਗੁਰੂ ਜੀ ਦੇ ਪ੍ਰਤੀ, ਤਾਂ ਫਿਰ ਸਾਨੂੰ ਕੁਝ ਵੀ ਬੋਲ ਕੇ ਦੱਸਣ ਦੀ ਲੋੜ ਨਹੀਂ ਪੈਣੀ। ਵਾਹਿਗੁਰੂ ਅਕਾਲ ਪੁਰਖ ਜੀ ਨੇ ਮਨ ਵਿੱਚ ਭਾਵਨਾ ਆਉਣ ਤੋਂ ਪਹਿਲਾਂ ਹੀ ਸਮਝ ਲੈਣਾ ਹੈ। ਤਾਂ ਵਾਹਿਗੁਰੂ ਅਕਾਲ ਪੁਰਖ ਜੀ ਦੇ ਉੱਤੇ ਭਰੋਸੇ ਦੀ ਬੜੀ ਹੀ ਪਿਆਰੀ ਸਾਖੀ ਆ ਜੋ ਅੱਜ ਮੈਂ ਸੁਣ ਰਹੀ ਸੀ, ਤੇ ਮੇਰਾ ਦਿਲ ਕੀਤਾ ਕਿ ਤੁਹਾਡੇ ਨਾਲ ਵੀ ਸਾਂਝੀ ਕੀਤੀ ਜਾਵੇ। ਇਸ ਕਰਕੇ ਅੱਜ ਸਾਖੀ ਦੀ ਸਾਂਝ ਪਾਉਣ ਜਾ ਰਹੇ ਆ, ਤਾਂ ਮੈਂ ਪੂਰਾ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਆ ਕਿ ਸਾਖੀ ਸੁਣਨ ਤੋਂ ਬਾਅਦ ਤੁਹਾਡਾ ਵੀ ਮਨ, ਤੁਹਾਡਾ ਵੀ ਭਰੋਸਾ ਇੱਕਦਮ ਪੱਕਾ ਹੋ ਜਾਵੇਗਾ। ਤੁਸੀਂ ਵੀ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰੋਗੇ। ਤਾਂ ਇਸ ਕਰਕੇ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ। ਕਹਿੰਦੇ ਇੱਕ ਵਾਰ ਭਾਈ ਮਰਦਾਨਾ ਜੀ ਦੀ ਘਰ ਵਾਲੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਸਵਾਲ ਕੀਤਾ। ਕਹਿਣ ਲੱਗੀ ਕਿ ਮੇਰੇ ਮਨ ਦੇ ਵਿੱਚ ਇੱਕ ਪ੍ਰਸ਼ਨ ਵਾਰ ਵਾਰ ਉੱਠ ਰਿਹਾ ਹੈ। ਤੇ ਕਹਿੰਦੇ ਭਾਈ ਮਰਦਾਨਾ ਜੀ ਕਹਿੰਦੇ ਕਿ ਪੁੱਛੋ ਕਿਹੜਾ ਸਵਾਲ ਆ। ਤੇ ਕਹਿੰਦੇ ਉਹਨਾਂ ਦੀ ਪਤਨੀ ਕਹਿਣ ਲੱਗੀ ਕਿ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਬਹੁਤ ਗੱਲਾਂ ਕਰਦੇ ਰਹਿੰਦੇ ਆ, ਬੜੇ ਉਹਨਾਂ ਦੀਆਂ ਕਿੱਸੇ ਕਹਾਣੀਆਂ ਸੁਣਾਉਂਦੇ ਆ ਕਿ ਉਹ ਰਾਜੇ ਮਹਾਰਾਜਿਆਂ ਦੇ ਘਰ ਜਾਂਦੇ ਨੇ, ਫਕੀਰਾਂ ਦੇ ਘਰ ਜਾਂਦੇ ਨੇ, ਉਹਨਾਂ ਨੇ ਬਹੁਤ ਹੀ ਲੋਕਾਂ ਨੂੰ ਤਾਰਿਆ ਹੈ, ਪਰ ਕਹਿੰਦੀ ਕਦੇ ਆਪਣੇ ਘਰ ਨਹੀਂ ਆਏ। ਅਤੇ ਕਹਿਣ ਲੱਗੀ ਕਿ ਇਹ ਸਵਾਲ, ਇਹ ਸ਼ੰਕਾ ਵਾਰ ਵਾਰ ਮੇਰੇ ਮਨ ਵਿੱਚ ਉੱਠਦਾ ਹੈ ਕਿ ਤੁਸੀਂ ਤਾਂ ਕਹਿੰਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਮਿੱਤਰ ਨੇ, ਪਰ ਫੇਰ ਵੀ ਉਹਨਾਂ ਨੇ ਆਪਣੇ ਘਰ ਵਿੱਚ ਚਰਨ ਕਦੇ ਨਹੀਂ ਪਾਏ। ਤਾਂ ਕਹਿੰਦੇ ਇਹ ਗੱਲ ਸੁਣ ਕੇ ਜੋ ਭਾਈ ਮਰਦਾਨਾ ਜੀ ਨੇ ਜਵਾਬ ਦਿੱਤਾ, ਉਹ ਜਵਾਬ ਸਾਡੇ ਲਈ ਵੀ ਆ। ਬੜਾ ਪਿਆਰਾ ਜਵਾਬ ਦਿੱਤਾ ਭਾਈ ਮਰਦਾਨਾ ਜੀ। ਕਹਿਣ ਲੱਗੇ ਕਿ ਭਾਗਵਾਨ ਨੇ ਇੱਕ ਗੱਲ ਦੱਸ ਕਿ ਸਤਿਗੁਰ ਆਪਣੇ ਘਰ ਆਏ ਨਹੀਂ ਜਾਂ ਫਿਰ ਤੂੰ ਕਦੇ ਉਹਨਾਂ ਨੂੰ ਬੁਲਾਇਆ ਹੀ ਨਹੀਂ। ਸੱਚ ਆ ਨਾ ਇਹ ਗੱਲ? ਆਪਾਂ ਵੀ ਆਪਣੇ ਗੁਰੂ ਨਾਲ, ਵਾਹਿਗੁਰੂ ਜੀ ਨਾਲ ਗਿਲੇ ਸ਼ਿਕਵੇ ਕਰਦੇ ਰਹਿੰਦੇ ਆ, ਪਰ ਕੀ ਸੱਚਮੁੱਚ ਕਦੀ ਆਪਾਂ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਆ? ਨਹੀਂ ਨਾ। ਤਾਂ ਕਹਿੰਦੇ ਇੱਕ ਵਾਰ ਭਾਈ ਮਰਦਾਨਾ ਜੀ ਦੀ ਪਤਨੀ ਇਹ ਜਵਾਬ ਸੁਣ ਕੇ ਚੁੱਪ ਹੋ ਗਈ, ਪਰ ਕੁਝ ਦੇਰ ਬਾਅਦ ਬੋਲੀ ਕਿ ਜੇ ਮੈਂ ਉਹਨਾਂ ਨੂੰ ਬੁਲਾਵਾਂਗੀ ਤਾਂ ਕੀ ਸੱਚਮੁੱਚ ਉਹ ਆਪਣੇ ਘਰ ਆ ਜਾਣਗੇ? ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਹਾਂ ਆ ਜਾਣਗੇ। ਤਾਂ ਕਹਿੰਦੇ ਫਿਰ ਭਾਈ ਮਰਦਾਨਾ ਜੀ ਦੀ ਘਰ ਵਾਲੀ ਨੇ ਸਵਾਲ ਕੀਤਾ, ਕਹਿਣ ਲੱਗੀ ਕਿ ਮੈਨੂੰ ਕੋਈ ਜੁਗਤ ਦੱਸੋ ਕਿ ਮੈਂ ਕਿਹੜੀ ਜੁਗਤੀ ਦੇ ਨਾਲ ਬੁਲਾਵਾਂ ਤਾਂ ਜੋ ਆਪਣੇ ਘਰ ਦੇ ਵਿੱਚ ਚਰਨ ਪਾਉਣ। ਤਾਂ ਕਹਿੰਦੇ ਭਾਈ ਮਰਦਾਨਾ ਜੀ ਕਹਿੰਦੇ ਕਿ ਭਾਗਵਾਨੇ ਤੂੰ ਉਸ ਨਿਰੰਕਾਰ ਦੇ ਨਾਲ ਪ੍ਰੀਤ ਕਰ, ਤਾਂ ਦੇਖੀ ਤੈਨੂੰ ਬੁਲਾਉਣ ਦੀ ਲੋੜ ਨਹੀਂ ਪੈਣੀ, ਸਤਿਗੁਰ ਆਪ ਆਉਣਗੇ। ਪਰ ਉਹ ਫਿਰ ਕਹਿਣ ਲੱਗੀ ਕਿ ਨਹੀਂ ਮੈਨੂੰ ਕੋਈ ਜੁਗਤ ਦੱਸੋ ਕਿ ਮੈਂ ਕਿਸ ਤਰੀਕੇ ਦੇ ਨਾਲ ਬੁਲਾਵਾਂ। ਤਾਂ ਕਹਿੰਦੇ ਭਾਈ ਮਰਦਾਨਾ ਜੀ ਕਹਿੰਦੇ ਕਿ ਫਿਰ ਸੁਣ, ਜੁਗਤ ਬਹੁਤ ਸੌਖੀ ਆ, ਅੱਜ ਜਦੋਂ ਵੀ ਪ੍ਰਸ਼ਾਦਾ ਬਣਾਉਣਾ ਹੈ ਨਾ ਤਾਂ ਇਹ ਭਾਵਨਾ ਬਣਾ ਕੇ ਪ੍ਰਸ਼ਾਦਾ ਤਿਆਰ ਕਰਨਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਆਉਣਗੇ ਅਤੇ ਉਹ ਛਕਣਗੇ। ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਲਈ ਪ੍ਰਸ਼ਾਦਾ ਤਿਆਰ ਕਰ, ਤਾਂ ਤੇਰੀ ਇਹ ਭਾਵਨਾ ਦੇਖ ਕੇ ਪਾਤਸ਼ਾਹ ਜ਼ਰੂਰ ਆਉਣਗੇ। ਤੇ ਕਹਿੰਦੇ ਪਤਨੀ ਭਾਈ ਮਰਦਾਨਾ ਜੀ ਦੀ ਗੱਲ ਸੁਣ ਕੇ ਪ੍ਰਸ਼ਾਦਾ ਤਿਆਰ ਕਰਨ ਲੱਗੀ, ਮਨ ਵਿੱਚ ਭਾਵਨਾ ਬਣਾ ਰਹੀ ਆ ਕਿ ਅੱਜ ਮੇਰੇ ਸਤਿਗੁਰ ਆਉਣਗੇ, ਪ੍ਰਸ਼ਾਦਾ ਛਕਣਗੇ। ਤੇ ਕਹਿੰਦੇ ਇੱਧਰ ਭਾਈ ਮਰਦਾਨਾ ਜੀ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਮੇਰਾ ਤਾਂ ਆਪਣੇ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਪੱਕਾ ਹੈ, ਹੁਣ ਇਹਨੂੰ ਮੈਂ ਕਹਿ ਤਾਂ ਦਿੱਤਾ, ਤਾਂ ਕੀ ਪਤਾ ਗੁਰੂ ਨਾਨਕ ਪਾਤਸ਼ਾਹ ਆਉਣ ਜਾਂ ਨਾ ਆਉਣ, ਪਰ ਜੇ ਕਿਤੇ ਪਾਤਸ਼ਾਹ ਨਾ ਆਏ
भरोसा टूट जाना है। तो कहिंदे मन विच इह ख्याल आया ते सोचिया कि चलो मैं गुरु नानक पातशाह जी नूं आप ही जाके बुला लिया हाँ ਤਾਂ ਜੋ ਮੇਰੀ ਘਰਵਾਲੀ ਦਾ ਭਰੋਸਾ ਵਿਸ਼ਵਾਸ ਪੱਕਾ ਬਣਿਆ ਰਹੇ, ਇਹਦਾ ਮਨ ਡੋਲੇ ਨਾ। ਤੇ ਕਹਿੰਦੇ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਚੱਲ ਪਏ। ਕਹਿੰਦੇ ਪਾਤਸ਼ਾਹ ਵੱਲ ਜਾ ਰਹੇ ਨੇ, ਨਾਲੇ ਮਨ ਹੀ ਮਨ ਵਿੱਚ ਸੋਚ ਰਹੇ ਨੇ ਕਿ ਕਿਤੇ ਗੁਰੂ ਨਾਨਕ ਪਾਤਸ਼ਾਹ ਕਿਸੇ ਹੋਰ ਪਾਸੇ ਨਾ ਚਲੇ ਜਾਣ, ਕਿਤੇ ਇਹ ਨਾ ਹੋਵੇ ਕਿ ਮੈਂ ਉੱਥੇ ਪਹੁੰਚਾਂ ਤਾਂ ਪਾਤਸ਼ਾਹ ਕਿਤੇ ਹੋਰ ਗਏ ਹੋਣ। ਕਹਿੰਦੇ ਇਹ ਸੋਚ ਵਿਚਾਰ ਕਰਦੇ ਹੋਏ ਪਾਤਸ਼ਾਹ ਵੱਲ ਨੂੰ ਜਾ ਰਹੇ ਨੇ। ਤੇ ਕਹਿੰਦੇ ਦੇਖ ਕੇ ਹੈਰਾਨ ਹੋ ਗਏ ਕਿ ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਇੱਧਰ ਨੂੰ ਚੱਲਦੇ ਆ ਰਹੇ ਨੇ। ਤੇ ਕਹਿੰਦੇ ਜਾ ਕੇ ਨਮਸਕਾਰ ਕੀਤੀ ਅਤੇ ਪੁੱਛਿਆ ਕਿ ਪਾਤਸ਼ਾਹ ਜਿਨ੍ਹਾਂ ਦੀ ਇੱਕ ਵਾਰ ਕਹਿਣ ਦੇ ਉੱਤੇ ਰਾਜੇ ਮਹਾਰਾਜੇ ਹੱਥ ਜੋੜ ਕੇ ਅੱਗੇ ਖੜ ਜਾਂਦੇ ਨੇ, ਜੋ ਦੀਨ ਦੁਨੀਆਂ ਦਾ ਮਾਲਕ ਆ, ਉਹ ਅੱਜ ਇਕੱਲਾ ਹੀ ਕਿਸ ਪਾਸੇ ਨੂੰ ਜਾ ਰਿਹਾ ਹੈ? ਤੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਰਦਾਨਿਆ, ਅੱਜ ਅਸੀਂ ਤੇਰੇ ਘਰ ਜਾ ਰਹੇ ਆ, ਤੇਰੇ ਘਰ ਵਿੱਚ ਸਾਡੇ ਲਈ ਪ੍ਰਸ਼ਾਦਾ ਤਿਆਰ ਹੋ ਰਿਹਾ ਹੈ। ਕਹਿੰਦੇ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਦੀਆਂ ਅੱਖਾਂ ਦੇ ਵਿੱਚ ਪਾਣੀ ਵਹਿਣ ਲੱਗਾ ਅਤੇ ਚਰਨੀ ਪੈ ਗਿਆ ਅਤੇ ਪਾਤਸ਼ਾਹ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੋ ਕੰਮ ਅੱਜ ਤੱਕ ਮੇਰੇ ਕੋਲੋਂ ਨਹੀਂ ਹੋਇਆ, ਉਹ ਕੰਮ ਮੇਰੀ ਪਤਨੀ ਨੇ, ਮੇਰੀ ਘਰਵਾਲੀ ਨੇ ਕਰ ਲਿਆ। ਮੇਰੇ ਹੀ ਭਰੋਸੇ ਦੇ ਵਿੱਚ ਕਮੀ ਸੀ, ਮੇਰੇ ਹੀ ਪਿਆਰ ਵਿੱਚ ਕਮੀ ਸੀ। ਤੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਆਪਣੇ ਗੱਲ ਨਾਲ ਲਾ ਲਿਆ ਅਤੇ ਕਹਿਣ ਲੱਗੇ ਕਿ ਨਹੀਂ ਮਰਦਾਨਾ ਜੀ, ਤੁਹਾਡੇ ਪਿਆਰ ਭਰੋਸੇ ਦੇ ਵਿੱਚ ਕੋਈ ਕਮੀ ਨਹੀਂ ਸੀ। ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ, ਪਰ ਪਾਤਸ਼ਾਹ ਜੋ ਗੱਲ ਮੇਰੀ ਪਤਨੀ ਨੇ ਅੱਜ ਬਣਾ ਲਈ, ਉਹ ਮੇਰੇ ਕੋਲੋਂ ਕਿਉਂ ਨਹੀਂ ਬਣੀ? ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਿ ਮਰਦਾਨਿਆ, ਤੇਰੀ ਤਾਂ ਬਹੁਤ ਚਿਰ ਦੀ ਬਣ ਗਈ ਸੀ, ਅੱਜ ਅਸੀਂ ਤੇਰੇ ਪਰਿਵਾਰ ਦੀ ਬਣਾਉਣ ਚੱਲੇ ਹਾਂ। ਤੇ ਇਹ ਸਾਖੀ ਸੁਣਾਉਣ ਦਾ ਮਕਸਦ ਇਹ ਸੀ ਕਿ ਆਪਣਾ ਵੀ ਇਹੀ ਹਾਲ ਆ, ਸਾਡੇ ਮਨ ਦੇ ਵਿੱਚ ਭਰੋਸਾ ਕੱਚਾ ਹੈ, ਸਾਡਾ ਮਨ ਡਾਵਾਂ ਡੋਲ ਰਹਿੰਦਾ ਹੈ, ਇਸੇ ਕਰਕੇ ਹੀ ਅਸੀਂ ਡਗਮਗਾ ਜਾਂਦੇ ਹਾਂ, ਇਸੇ ਕਰਕੇ ਗੁਰੂ ਚਰਨਾਂ ਤੋਂ ਦੂਰ ਆ। ਜਿਸ ਦਿਨ ਵੀ ਸਾਡਾ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਉੱਤੇ ਭਰੋਸਾ ਪੱਕਾ ਹੋ ਗਿਆ, ਫਿਰ ਦੇਖਣਾ ਸਾਡੇ ਘਰ ਦੇ ਵਿੱਚ ਵੀ ਸਤਿਗੁਰ ਆਪ ਆਉਣਗੇ ਅਤੇ ਆ ਕੇ ਸਾਡੇ ਉੱਤੇ ਕਿਰਪਾ ਕਰਨਗੇ। ਤਾਂ ਫਿਰ ਆਓ ਅੱਜ ਤੋਂ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਉੱਠ ਕੇ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਇੱਕੋ ਹੀ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਸਾਨੂੰ ਵੀ ਭਰੋਸੇ ਦੀ ਦਾਤ ਬਖਸ਼ੋ।